ਸ਼ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਕਰਦੀਆਂ ਮੇਰੇ YouTube ਚੈਨਲ ਦੇ ਉੱਤੇ ਅੱਜ ਆਪਾਂ ਕਵਰ ਕਰਾਂਗੇ ਸੋਸ਼ੀਓਲੋਜੀ ਦਾ ਲੈਕਚਰ ਨੰਬਰ 2 ਜਿਹੜਾ ਕੀ ਹੈਗਾ ਨੇਚਰ ਕੈਰੈਕਟਿਸਟਿਕਸ ਆਫ ਸੋਸ਼ੀਓਲੋਜੀ ਸਮਾਜ ਸ਼ਾਸਤਰ ਦਾ ਸੁਭਾਅ ਕਿਦਾਂ ਦਾ ਹੈ ਠੀਕ ਹੈ ਇਸ ਦੇ ਵਿੱਚ ਵਿਸ਼ੇਸ਼ਤਾਵਾਂ ਇਸ ਦੀਆਂ ਕਿਹਨੇ ਕੀ ਕੀ ਚੀਜ਼ੇ ਕਵਰ ਕਰਦਾ ਹੈ ਠੀਕ ਹੈ ਇਸ ਨੂੰ ਚੰਗੀ ਤਰ੍ਹਾਂ ਆਪਾਂ ਡਿਟੇਲ ਦੇ ਵਿੱਚ ਜਾਣਾਗੇ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਸਾਇੰਸ ਜਿਹੜਾ ਸੋਸ਼ੀਓਲੋਜੀ ਹੈ ਇਹ ਇੱਕ ਇੰਡੀਪੈਂਡੈਂਟ ਯਾਨੀ ਕਿ ਸੁਤੰਤਰ ਵਿਗਿਆਨ ਹੈ sociology has its own field of study own limits own methods like any other science jis tarah hor vigyan hunde ne theek hai jivein maths hai jivein physics hai chemistry hai bio hai ta e vi aisa vigyan hai ga jis di apni field of study hai apna adhyayan kshetra hai jidiyan apniyan simaavan ne limits ne ate apne methods ne theek hai observation method ho gaya ke study method ho gaya ਠੀਕੇ ਕੋਸ਼ਨੀਅਰ ਮੈਥਡ ਹੋ ਗਿਆ ਸੋ ਐਦਾਂ ਜਿਹੜੇ ਹੈਗੇ ਇਸ ਦੇ ਸਟੱਡੀ ਕਰਨ ਦੇ ਕਿਉਂਕਿ ਹਿਊਮਨ ਦੀ ਸਟੱਡੀ ਕਰਦਾ ਹੈ ਇਹ ਸੋਸਾਇਟੀ ਦੀ ਸਟੱਡੀ ਕਰਦਾ ਹੈ ਤਾਂ ਇਹਦੇ ਆਪਣੇ ਮੈਥਡਸ ਨੇ ਜਿਵੇਂ ਵੀ ਹੋਰ ਸਾਇੰਸਿਸ ਦੇ ਹੁੰਦੇ ਨੇ ਸੋ ਤਾਂ ਕਰਕੇ ਆਪਾਂ ਕਹਿ ਸਕਦੇ ਆ ਇਹ ਵੀ ਇੱਕ ਸੁਤੰਤਰ ਵਿਗਿਆਨ ਹੈ ਠੀਕ ਹੈ ਇਸ ਦਾ ਆਪਣਾ ਅਧਿਐਨ ਖੇਤਰ ਹੈ ਆਪਣਾ ਵਿਸ਼ੇ ਖੇਤਰ ਹੈ ਆਪਣੀ ਹੀ ਬਾਉਂਡਰੀਜ਼ ਸੀਮਾਵਾਂ ਨੇ so it is independent science and not a branch of any other sciences e apne aap ji ek swatantra vigyan hai ik kisi hor vigyan di shakha branch nahi hai theek hai e apne aap ji ek azaad swatantra vigyan hai theek hai jidha ki maths hai hai na so social science obviously hai jehdi jehda e society di study karda hai ta obviously gall hai ki e social science hai hai na so sociology belongs to ਫੈਮਿਲੀ ਆਫ ਸੋਸ਼ਲ ਸਾਇੰਸਸ ਸੋ ਇਹ ਜਿਹੜਾ ਹੈਗਾ ਸੋਸ਼ਲ ਸਾਇੰਸਸ ਦੀ ਬਰਾਦਰੀ ਉਸ ਦੀ ਫੈਮਿਲੀ ਉਸ ਦੇ ਪਰਿਵਾਰ ਤੋਂ ਹੀ ਬਿਲੋਂਗ ਕਰਦਾ ਹੈ ਠੀਕ ਹੈ ਸੋਸ਼ਲ ਸਾਇੰਸਸ ਕਿਹੜੇ ਹੁੰਦੇ ਨੇ ਲਾਈਕ ਹਿਸਟਰੀ ਹੋ ਗਿਆ ਸਾਈਕੋਲੋਜੀ ਹੋ ਗਿਆ ਇਕਨੋਮਿਕਸ ਹੋ ਗਿਆ ਪੋਲਿਟੀਕਲ ਸਾਇੰਸ ਹੋ ਗਿਆ ਠੀਕ ਹੈ ਇਹ ਹਿਸਟਰੀ ਦੇ ਵਿੱਚ ਕੀ ਕੀਤਾ ਜਾਂਦਾ ਹਿਸਟੋਰੀਕਲ ਇਵੈਂਟਸ ਦੀ ਸਟੱਡੀ ਕੀਤੀ ਜਾਂਦੀ ਹੈ ਹਿਸਟੋਰੀਕਲ ਇਵੈਂਟਸ ਕਿਸ ਨੇ ਕੀਤੇ ਨੇ ਆਬਵੀਅਸ ਜੀ ਗੱਲ ਹੈਗੀ ਹਿਊਮਨ ਨੇ ਕੀਤੇ ਨੇ ਹੈਨਾ ਇਕਨੋਮਿਕਸ ਕੌਣ ਕਰਦਾ ਠੀਕ ਹੈ ਆਰਥਿਕ ਐਕਟੀਵਿਟੀਆਂ ਜਿਹੜੀਆਂ ਹੁੰਦੀਆਂ ਆਪਣੀਆਂ ਆਰਥਿਕ ਕਿਰਿਆਵਾਂ ਨੇ ਉਹਨਾਂ ਦੀ ਸਟੱਡੀ ਹੁੰਦੀ ਹੈ ਸੋ ਐਦਾਂ ਹੀ ਜਿਹੜਾ ਸੋਸ਼ਲ ਸਾਇੰਸਿਸ ਹੈਗਾ ਇਹ ਵੀ ਸੋਸ਼ਲ ਸਾਇੰਸਿਸ ਦੀ ਦੇਹੀ ਪਰਿਵਾਰ ਦੇ ਵਿੱਚੋਂ ਹੈ ਜਿਹੜਾ ਕਿ ਪੂਰੀ ਸੋਸਾਇਟੀ ਦੀ ਸਟੱਡੀ ਕਰਦਾ ਹੈ ਠੀਕ ਹੈ ਕਿਉਂਕਿ ਸੋਸਾਇਟੀ ਹਰੇਕ ਜਗ੍ਹਾ ਤੁਸੀਂ ਦੇਖੋਗੇ ਸੋਸਾਇਟੀ ਹੀ ਸੋਸਾਇਟੀ ਹੈ ਸਮਾਜ ਹੀ ਸਮਾਜ ਹੈ ਤਾਂ ਸੋਸ਼ਲ ਸਾਇੰਸ ਜਿਹੜਾ ਹੈਗਾ ਉਹ ਸਮਾਜ ਦੀ ਸਟੱਡੀ ਕਰਦਾ ਹੈ ਤੇ ਸੋਸ਼ੀਓਲੋਜੀ ਜਿਹੜਾ ਹੈਗਾ ਸਮਾਜ ਦੇ ਪੂਰੇ ਪੂਰੇ ਹਰੇਕ ਪਹਿਲੂ ਦੀ ਸਟੱਡੀ ਕਰਦਾ ਹੈ ਕਿ ਹਿਊਮਨ ਰਿਲੇਸ਼ਨਸ ਕਿੱਦਾਂ ਦੇ ਨੇ ਹਿਊਮਨ ਇੰਟਰੈਕਸ਼ਨਸ ਸੋਸਾਇਟੀ ਦੇ ਵਿੱਚ ਕਿੱਦਾਂ ਕਰਦਾ ਹੈ ਹੈਨਾ ਸੋ ਇਨਸਟੀਟਿਊਸ਼ਨਸ ਕਿਹੜੇ ਕਿਹੜੇ ਨੇ ਪੈਟਰਨਸ ਕਿਹੜੇ ਕਿਹੜੇ ਨੇ ਤਾਂ ਸੋਸ਼ੀਓਲੋਜੀ ਇਹਨਾਂ ਚੀਜ਼ਾਂ ਦੇ ਨਾਲ ਡੀਲ ਕਰਦਾ ਹੈ ਠੀਕ ਹੈ ਸੋ ਐਜ਼ ਇਟ ਡੀਲਸ ਵਿਦ ਮੈਨ ਕਿਉਂਕਿ ਇਹ ਕਿਹਦੇ ਨਾਲ ਡੀਲ ਕਰਦਾ ਹੈ ਮੈਨ ਦੇ ਨਾਲ ਕਿਉਂਕਿ ਮੈਨ ਤੋਂ ਸੋਸਾਇਟੀ ਬਣਦੀ ਹੈ ਮੈਨ ਤੋਂ ਪਹਿਲਾਂ ਗਰੁੱਪ ਬਣਨਗੇ ਗਰੁੱਪ ਤੋਂ ਸੋਸਾਇਟੀ ਬਣੇਗੀ ਹੈਨਾ ਸੋ ਹਿਸ ਸੋਸ਼ਲ ਬਿਹੇਵੀਅਰ ਸੋਸ਼ਲ ਐਕਟੀਵਿਟੀਆਂ ਐਂਡ ਸੋਸ਼ਲ ਲਾਈਫ ਸੋ ਆਦਮੀ ਹੈ ਸੋਸਾਇਟੀ ਚ ਰਹਿੰਦਾ ਕਿੱਦਾਂ ਬਿਹੇਵ ਕਰਦਾ ਹੈ ਕਿਦਾਂ ਦੀਆਂ ਸਮਾਜਿਕ ਕਿਰਿਆਵਾਂ ਕਰਦਾ ਹੈ ਅਤੇ ਕਿੱਦਾਂ ਉਹਦਾ ਸਮਾਜਿਕ ਜੀਵਨ ਹੈ ਤਾਂ ਮੇਨਲੀ ਸਮਾਜਿਕ ਜੀਵਨ ਕਿੱਦ ਪੈਟਰਨਸ ਕਿਦਾਂ ਦੇਨੇ ਪ੍ਰਤੀਮਾਨ ਕਿਦਾਂ ਦੇਨੇ ਸੋ ਉਹੀ ਸਟਡੀ ਕਰਦੇ ਆ ਥਰਡ ਦੇ ਵਿੱਚ ਆਉਂਦਾ ਪਿਓਰ ਐਸ ਵੈਲ ਐਸ ਅਪਲਾਈਡ ਸਾਇੰਸ ਦੇਖੋ ਇਹ ਸ਼ੁੱਧ ਵਿਗਿਆਨ ਵੀ ਹੈ ਅਤੇ ਅਪਲਾਈਡ ਸਾਇੰਸ ਵੀ ਹੈ ਦੋਨੋਂ ਤਰ੍ਹਾਂ ਦੇ ਇਹ ਵਿਗਿਆਨ ਹੈਗਾ ਕਿਉਂਕਿ ਪਹਿਲਾਂ ਜਦੋਂ ਇਹਦੀ ਸਟਡੀ ਸਭ ਤੋਂ ਪਹਿਲਾਂ ਜਦੋਂ ਸਟਾਰਟ ਹੋਇਆ ਇਹ ਪਿਓਰ ਸਾਇੰਸ ਸੀ ਇਟ ਇਜ਼ ਪਿਓਰ ਐਸ ਵੈਲ ਐਸ ਅਪਲਾਈਡ ਸਾਇੰਸ ਪਹਿਲਾਂ ਜਦੋਂ ਸਟਾਰਟ ਹੋਇਆ ਤਾਂ ਇਹ ਪਿਓਰ ਸੀਗਾ ਲੇਕਿਨ ਹੌਲੀ 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 ਜਿਹੜਾ ਹੈਗਾ ਹੁਣ ਕਿਉਂਕਿ ਸੋਸ਼ਲ ਵਰਕ ਵੀ ਕੀਤਾ ਜਾਂਦਾ ਤਾਂ ਕਰਕੇ ਇਹ ਅਪਲਾਈਡ ਹੋ ਜਾਂਦਾ ਤੇ ਜੋ ਅਸੀਂ ਸਿਰਫ ਨੋਲੇਜ ਗੇਨ ਲਈ ਕੋਈ ਚੀਜ਼ ਕਰਦੇ ਹਾਂ ਤਾਂ ਉਹ ਪਿਓਰ ਸਾਇੰਸ ਜਾਂਦਾ ਜਦੋਂ ਉਸ ਚੀਜ਼ ਨੂੰ ਉਸ ਐਕਸਪੀਰੀਅੰਸ ਨੂੰ ਉਸ ਨੌਲੇਜ ਨੂੰ ਅਸੀਂ ਕਿਤੇ ਹੋਰ ਅਪਲਾਈ ਕਰਦੇ ਆ ਹਨਾ ਤਾਂ ਉਹਨਾਂ ਮੈਥਡਸ ਨੂੰ ਜਦੋਂ ਅਸੀਂ ਅਪਲਾਈ ਕਰਦੇ ਆ ਤਾਂ ਉਹ ਅਪਲਾਈਡ ਸਾਇੰਸ ਹੋ ਜਾਂਦਾ ਹੈ ਤਾਂ ਸੋਸ਼ੀਓਲੋਜੀ ਜਿਹੜੀ ਹੈਗੀ ਹੈ ਪਿਓਰ ਐਸ ਵੈਲ ਐਸ ਅਪਲਾਈਡ ਸਾਇੰਸ ਲੇਕਿਨ ਜਦੋਂ ਪਹਿਲਾਂ ਸਟਾਰਟ ਹੋਇਆ ਸੀ ਇਹ ਪਿਓਰ ਫਾਰਮ ਚ ਸੀ ਲੇਕਿਨ ਹੁਣ ਜਿਹੜਾ ਹੈ ਇਸ ਨੂੰ ਅਪਲਾਈਡ ਤਰੀਕੇ ਨਾਲ ਵੀ ਯੂਜ਼ ਕੀਤਾ ਜਾਂਦਾ ਹੈ ਕਾਫੀ ਸਾਰੀਆਂ ਬੁੱਕਸ ਦੇ ਵਿੱਚ ਸਿਰਫ ਪਿਓਰ ਸਾਇੰਸ ਦਿੱਤਾ ਹੋਇਆ ਹੈ ਕਾਫੀ ਸਾਰੀਆਂ ਬੁੱਕਸ ਵਿੱਚ ਪਿਓਰ ਤੇ ਅਪਲਾਈਡ ਦਿੱਤਾ ਹੋਇਆ ਹੈ ਸੋ ਜਿਹੜਾ ਹੈ ਹੁਣ ਕਿਉਂਕ ਟਾਈਮ ਜਿਹੜਾ ਹੈਗਾ ਇਹ ਪਿਓਰ ਅਤੇ ਅਪਲਾਈਡ ਦੋਨੋਂ ਫੋਰਮ ਦੇ ਵਿੱਚ ਹੈ ਠੀਕ ਹੈ ਸੋ ਪਿਓਰ ਸਾਇੰਸ ਮੀਨਸ ਟੂ ਗੇਨ ਨੋਲੇਜ ਪਿਓਰ ਦਾ ਮੀਨਸ ਕੀ ਹੈ ਕਿ ਜਦੋਂ ਅਸੀਂ ਸਿਰਫ ਨੋਲੇਜ ਲੈਂਦੇ ਹਾਂ ਕਿ ਹਾਂ ਸੋਸਾਇਟੀ ਚ ਕੀ ਕੀ ਹੋ ਰਿਹਾ ਹੈ ਠੀਕ ਹੈ ਸੋ ਬਟ ਅਪਲਾਈਡ ਦਾ ਮਤਲਬ ਕੀ ਹੈਗਾ ਟੂ ਅਪਲਾਈ ਥਿਸ ਨੋਲੇਜ ਟੂ ਸਮਵਰ ਸਮਵੇਅਰ ਇਨ ਦ ਸੋਸਾਇਟੀ ਅਸੀਂ ਨੌਲੇਜ ਲਈ ਠੀਕ ਹੈ ਉਹ ਪਿਓਰ ਹੈ ਲੇਕਿਨ ਉਸ ਨੌਲੇਜ ਨੂੰ ਜਦੋਂ ਅਸੀਂ ਕਿਤੇ ਅਪਲਾਈ ਕੀਤਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਇਸ ਨੂੰ ਰਿਮੂਵ ਕਰਨ ਦੇ ਤਰੀਕੇ ਨੇ ਆਹ ਨੇ ਤਰੀਕੇ ਤਾਂ ਅਸੀਂ ਜਿਹੜਾ ਹੈ ਉਸ ਨੂੰ ਅਪਲਾਈਡ ਦੇ ਵਿੱਚ ਯੂਜ਼ ਕਰਦੇ ਹਾਂ ਸੋ ਉਹ ਜਿਹੜਾ ਹੈ ਅਪਲਾਈਡ ਸਾਇੰਸ ਹੋ ਗਿਆ ਸੋ ਸੋਸ਼ੀਓਲੋਜੀ ਇਸ ਪਿਓਰ ਐਸ ਵੈਲ ਐਸ ਅਪਲਾਈਡ ਸਾਇੰਸ ਸੋ ਨੈਕਸਟ ਹੈ ਐਬਸਟ੍ਰੈਕਟ ਸਾਇੰਸ ਨਾਟ ਕੰਕ੍ਰੀਟ ਸਾਇੰਸ ਐਬਸਟ੍ਰੈਕਟ ਹੈ ਜਿਹੜੀ ਚੀਜ਼ ਅਮੂਰਤ ਹੈ ਠੀਕ ਹੈ ਸਿਰਫ ਔਰ ਸਿਰਫ ਸਾਨੂੰ ਫੀਲ ਹੋ ਰਹੀ ਹੈ ਸਿਰਫ ਅਸੀਂ ਉਸ ਨੂੰ ਕੀ ਹੈ ਮਹਿਸੂਸ ਕਰ ਸਕਦੇ ਹਾਂ 댓 ਇਜ਼ ਐਬਸਟ੍ਰੈਕਟ ਅਮੂਰਤ ਤੇ ਕੰਕਰੀਟ ਦਾ ਮਤਲਬ ਕੀ ਹੋਇਆ ਜਿਹੜੀ ਚੀਜ਼ ਮੂਰਤ ਹੈ ਜਿਸ ਨੂੰ ਅਸੀਂ ਦੇਖ ਸਕਦੇ ਹਾਂ ਲਾਈਕ ਟੀਵੀ ਹੈ ਫ੍ਰਿਜਰ ਹੈ ਤੁਸੀਂ ਇਸ ਨੂੰ ਦੇਖ ਸਕਦੇ ਹਾਂ ਲੇਕਿਨ ਜਿਹੜੇ ਰਿਲੇਸ਼ਨਸ ਹੈ ਅਸੀਂ ਉਹਨਾਂ ਨੂੰ ਫੀਲ ਕਰ ਸਕਦੇ ਹਾਂ ਕਿ ਸਾਨੂੰ ਕਿਸੇ ਨਾਲ ਕਿੰਨਾ ਜਿਹੜੀ ਹਮਦਰਦੀ ਹੈ ਕਿੰਨਾ ਸਾਨੂੰ ਪਿਆਰ ਹੈ ਠੀਕ ਹੈ ਕਿੰਨਾ ਕਿ ਸਾਨੂੰ ਅਟੈਚਮੈਂਟ ਹੈ ਬੌਂਡਿੰਗ ਕਿੰਨੀ ਹੈ ਸੋ ਉਹ ਚੀਜ਼ ਹੈ ਐਬਸਟ੍ਰੈਕਟ ਤਾਂ ਸੋਸ਼ੀਓਲੋਜੀ ਜਿਹੜੀ ਹੈਗੀ ਹੈ ਐਬਸਟ੍ਰੈਕਟ ਸਾਇੰਸ ਹੈ ਇਟ ਇਜ਼ ਐਨ ਐਬਸ ਬਿਕੋਜ਼ ਇਟ ਡੀਲਸ ਵਿਦ ਸੋਸਾਇਟੀ ਰਿਲੇਸ਼ਨਸ ਤੋਂ ਸੋਸ਼ਲ ਰਿਲੇਸ਼ਨਸ ਜਿਹੜੇ ਨੇ ਅਸੀਂ ਉਹਨਾਂ ਨੂੰ ਕੀ ਕਰਦੇ ਆ ਫੀਲ ਕਰਦੇ ਆ ਸੋਸ਼ਲ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਅਸੀਂ ਫੀਲ ਕਰਦੇ ਆ ਠੀਕ ਹੈ ਕਿਨਸ਼ਿਪ ਹੈ ਉਸ ਨੂੰ ਅਸੀਂ ਫੀਲ ਕਰਦੇ ਆ ਫੈਮਿਲੀ ਹੈ ਉਸ ਨੂੰ ਅਸੀਂ ਫੀਲ ਕਰਦੇ ਆ ਠੀਕ ਹੈ ਸੋ ਇੰਸਟੀਟਿਊਸ਼ਨਸ ਦੋਜ਼ ਆਰ ਬਿਲਟ ਜਿਹੜੇ ਇੰਸਟੀਟਿਊਸ਼ਨਸ ਅਸਾ ਬਿਲਡ ਅਪ ਕਰਦੇ ਆ ਮੈਰਿਜ ਕੀਤੀ ਠੀਕ ਹੈ ਉਹਨਾਂ ਨੂੰ ਕਿਉਂਕਿ ਹਸਬੰਡ ਵਾਈਫ ਇੱਕ ਦੂਜੇ ਨਾਲ ਫੀਲਿੰਗ ਦੇ ਨਾਲ ਬੌਂਡਿੰਗ ਨਾਲ ਜੁੜੇ ਹੋਏ ਆ ਸੋ ਦੈਟ ਇਜ਼ ਐਬਸਟ੍ਰੈਕਟ ਸਾਇੰਸ ਉਹਨਾਂ ਨੂੰ ਉਹ ਉਹਨਾਂ ਨੂੰ ਸਮਝਣਾ ਉਹਨਾਂ ਨੂੰ ਅਸੀਂ ਫੀਲ ਕਰਦੇ ਆਂ 댓 ਇਜ਼ ਐਬਸਟ੍ਰੈਕਟ ਸਾਇੰਸ ਠੀਕ ਹੈ ਇਹ ਰਿਸ਼ਤੇ ਜਿਹੜੇ ਹੈਗੇ ਅਸੀਂ ਸਿਰਫ ਫੀਲ ਕਰਦੇ ਆਂ ਤਾਂ ਆਪਾਂ ਕਹਿ ਸਕਦੇ ਆਂ ਸੋਸਾਇਟੀ ਚ ਐਸੇ ਰਿਲੇਸ਼ਨ ਹੈ ਜਿਹੜੇ ਸੀ ਫੀਲ ਕਰ ਸਕਦੇ ਆਂ ਤਾਂ ਕਰਕੇ ਐਬਸਟ੍ਰੈਕਟ ਸਾਇੰਸ ਹੈ ਵੀ ਓਨਲੀ ਫੀਲ ਥੀਜ਼ ਰਿਲੇਸ਼ਨਸ਼ਿਪਸ ਇਵੈਂਟਸ ਐਂਡ ਪੈਟਰਨਸ ਇਹਨਾਂ ਪੈਟਰਨਸ ਨੂੰ ਅਸੀਂ ਸਿਰਫ ਫੀਲ ਕਰ ਸਕਦੇ ਆਂ ਹੈਨਾ ਤਾਂ ਜਿਹੜੀ ਚੀਜ਼ ਅਸੀਂ ਟੱਚ ਕਰ ਸਕਦੇ ਆਂ 댓 ਇਜ਼ ਕੰਕ੍ਰੀਟ ਹੁਣ ਕੰਕ੍ਰੀਟ ਅਸੀਂ ਟੱਚ ਥੋੜਾ ਕਰ ਸਕਦੇ ਆਂ ਰਿਲੇਸ਼ਨਸ ਨੂੰ ਸੋ 댓 ਇਜ਼ ਕੀ ਹੈਗਾ ਐਬਸਟ੍ਰੈਕਟ ਸਾਇੰਸ ਹੈ ਜਿਹ ਦੇਖ ਸਕਦੇ ਆ ਜਿਹੜੀ ਚੀਜ਼ ਅਸੀਂ ਛੂ ਸਕਦੇ ਆ ਠੀਕ ਹੈ ਉਸ ਨੂੰ ਅਸੀਂ ਹੱਥ ਲਾ ਕੇ ਦੇਖ ਸਕਦੇ ਆ ਉਹ ਤਾਂ ਹੈਗੀ ਕੰਕਰੀਟ ਪਰ ਜਿਹਨਾਂ ਨੂੰ ਅਸੀਂ ਸਿਰਫ ਮਹਿਸੂਸ ਕਰ ਸਕਦੇ ਆ ਉਹ ਐਬਸਟ੍ਰੈਕਟ ਸਾਇੰਸ ਸੋ ਸੋਸ਼ੀਓਲੋਜੀ ਕੀ ਹੈਗੀ ਹੈ ਐਬਸਟ੍ਰੈਕਟ ਸਾਇੰਸ ਹੈ ਨੈਕਸਟ ਹੈ ਬੇਸਡ ਅਪਨ ਜਨਰਲਾਈਜੇਸ਼ਨ ਜਨਰਲਾਈਜੇਸ਼ਨ ਦਾ ਮਤਲਬ ਹੈ ਕਿ ਕੁਝ ਚੀਜ਼ ਅਸੀਂ ਕੁਝ ਇੱਕ ਪਾਰਟਿਕੂਲਰ ਚੀਜ਼ ਕੁਝ ਪਾਰਟਿਕੂਲਰ ਡਾਟਾ ਅਸੀਂ ਚੱਕਿਆ ਤੇ ਉਸੇ ਰਿਗਾਰਡਿੰਗ ਅਸੀਂ ਇੱਕ ਇੱਕ ਫੈਕਟ ਬਣਾ ਲੈ ਕਿ ਇਹ ਚੀਜ਼ ਜੇ ਅਗਰ ਇੱਥੇ ਹੋ ਰਹੀ ਹੈ ਇਸ ਏਰੀਆ ਚ ਹੋ ਰਹੀ ਹੈ ਤੇ ਇਹ ਸਾਰੇ ਕਿਤੇ ਹੀ ਇਹ ਪ੍ਰੋਬਲਮਸ ਹੋ ਰਹੀਆਂ ਹੋਣਗੀਆਂ ਠੀਕ ਹੈ ਉਸ ਨੂੰ ਕਹਿੰਦੇ ਜਨਰਲਾਈਜੇਸ਼ਨ ਇੱਕ ਪੂਰੇ ਆਪਾਂ ਏਰੀਆ ਚੱਕਿਆ ਲਾਈਕ ਆਪਾਂ ਪੂਰੇ ਇੰਡੀਆ ਦੇ ਵਿੱਚ ਇੱਕ ਸਟੱਡੀ ਨਹੀਂ ਕਰ ਸਕਦੇ ਤਾਂ ਅਸੀਂ ਕੁਝ ਏਰੀਆਜ਼ ਲੈ ਲੈਨੇ ਆ ਠੀਕ ਹੈ ਜਨਰਲਾਈਜੇਸ਼ਨ ਦੇ ਵਿੱਚ ਕੀ ਹੈ ਕੁਝ ਏਰੀਆ ਲੈ ਲੇ ਤੇ ਅਸੀਂ ਉਸੇ ਚੀਜ਼ ਨੂੰ ਪੂਰੇ ਇੰਡੀਆ ਦੇ ਵਿੱਚ ਥਿਊਰੀ ਟਾਈਪ ਬਣਾ ਕੇ ਯੂਜ਼ ਕਰ ਸਕਦੇ ਹਾਂ ਤਾਂ ਉਸ ਨੂੰ ਕਹਿੰਦੇ ਆਪਾਂ ਜਨਰਲਾਈਜੇਸ਼ਨ ਤਾਂ ਜਿਹੜੀ ਸੋਸ਼ੀਓਲੋਜੀ ਹੈ ਜਨਰਲਾਈਜੇਸ਼ਨ ਦੇ ਉੱਤੇ ਬੇਸ ਰਿਹਾ ਕਿਉਂਕਿ ਅਸੀਂ ਸਾਰੀ ਸੋਸਾਇਟੀ ਤੁਸੀਂ ਦੇਖੋਗੇ ਕਿਤੇ ਸਾਰੀ ਕਿਤੇ ਫੈਲੀ ਹੋਈ ਹੈ ਹੈਨਾ ਕੋਈ ਐਸਾ ਏਰੀਆ ਨਹੀਂ ਹੈ ਜਿੱਥੇ ਸੋਸਾਇਟੀ ਨਾ ਹੋਵੇ ਸਾਨੂੰ ਜਿੱਥੇ ਵੀ ਅਸੀਂ ਦੇਖਦੇ ਹਾਂ ਜਿੱਥੇ ਸਾਡੇ ਨਿਗਾਹ ਜਾਂਦੀ ਹੈ ਸੋਸਾਇਟੀ ਹੀ ਸੋਸਾਇਟੀ ਹੈ ਤਾਂ ਅਸੀਂ ਸਾਰੀ ਸੋਸਾਇਟੀ ਨੂੰ ਸਟੱਡੀ ਕਰਨਾ ਪੋਸੀਬਲ ਹੀ ਨਹੀਂ ਹੈ ਤਾਂ ਅਸੀਂ ਕੀ ਕਰਦੇ ਹਾਂ ਕੁਝਕ ਡਾਟਾ ਇਹਦੇ ਵਿੱਚ ਚੱਕ ਲੈਣੇ ਆ ਉਸ ਨੂੰ ਕਹਿੰਦੇ ਜਨਰਲਾਈਜੇਸ਼ਨ ਤਾਂ ਇਹ ਬੇਸਡ ਅਪਨ ਹੈ ਜਨਰਲਾਈਜੇਸ਼ਨ ਕਿਉਂਕਿ ਸਾਰੀ ਥੋੜੇ ਸਟੱਡੀ ਕਰ ਸਕਦੇ ਆ ਤਾਂ ਸੋਸ਼ੀਓਲੋਜੀ ਜਿਹੜੀ ਹੈ ਬੇਸਡ ਅਪਨ ਜਨਰਲਾਈਜੇਸ਼ਨ ਹੈ ਸਧਾਰਨੀ ਕਰਨ ਦੇ ਉੱਤੇ ਅਧਾਰਿਤ ਹੈ ਇਟ ਇਜ਼ ਅ ਸਟਡੀ ਆਫ ਜਨਰਲਾਈਜੇਸ਼ਨ ਅਸਪੈਕਟਸ ਆਫ ਦ ਸੋਸਾਇਟੀ ਇਟ ਇਜ਼ ਬੇਸਡ ਅਪਨ ਸਮ ਸਿਲੈਕਟਿਡ ਇਵੈਂਟਸ ਜਿੱਦਾਂ ਕਿ ਮੈਂ ਦੱਸਿਆ ਕਿ ਕੁਝਕ ਜਿਹੜਾ ਹੈ ਇਵੈਂਟਸ ਨੂੰ ਚੱਕ ਲਿਆ ਜਾਂਦਾ ਠੀਕ ਹੈ ਕੁਝਕ ਸੈਂਪਲ ਨੂੰ ਚੱਕ ਲਿਆ ਜਾਂਦਾ it tries to find out general laws about human interaction with groups these general laws become theories dekho kujh kujh jada hai area kujh particular jade hai events chak le jande ne kujh particular uh, patterns chak le jande ne like hun main agar dekha ke sade patiala jile vich pani di bahut zyada problem hai theek hai table jada hai water table hai jada low ja re hai theek hai ta ਕੁਝ ਸਟੱਡੀ ਕੀਤੀ ਪਟਿਆਲਾ ਏਰੀਆ ਦੇ ਪਟਿਆਲਾ ਦੇ ਪਿੰਡਾਂ ਦੇ ਵਿੱਚ ਕੁਝ ਸਟੱਡੀ ਕੀਤੀ ਤਾਂ ਇਸ ਦੇ ਰਿਗਾਰਡਿੰਗ ਮੈਂ ਕਹਿ ਸਕਦੇ ਆ ਕਿ ਪੰਜਾਬ ਖੇਤਰ ਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਨੀਵਾ ਹੋ ਰਿਹਾ ਹੈ ਠੀਕ ਹੈ ਸੋ ਐਦਾਂ ਤਾਂ ਜਿਹੜਾ ਹੈ ਮੈਂ ਇਹ ਚੀਜ਼ ਜਨਰਲਾਈ ਕੁਝ ਕ ਏਰੀਆ 'ਚ ਮੈਂ ਇਹ ਚੀਜ਼ ਚੱਕੀ ਕੁਝ ਕ ਏਰੀਆ ਤੇ ਸਟੱਡੀ ਕੀਤੀ ਅਤੇ ਇਹ ਪਾਰਟਿਕੂਲਰ ਮੈਂ ਇੱਕ ਆਪਣੀ ਥਿਉਰੀ ਬਣਾ ਲਈ ਕਿ ਪੰਜਾਬ ਦੇ ਵਿੱਚ ਤਾਂ ਜੀ ਗਰਾਊਂਡ ਉਹ ਜਿਹੜਾ ਵਾਟਰ ਦਾ ਟੇਬਲ ਹੈਗਾ ਬਹੁਤ ਜ਼ਿਆਦਾ ਲੋ ਜਾ ਰਿਹਾ ਸੋ ਇਦਾਂ ਕੀ ਹੈ ਇਹ ਬੇਸਡ ਆਪਾਂ ਜਨਰਲਾਈਜੇਸ਼ਨ ਹੈ ਕਿਉਂਕਿ ਸਾਰੀ ਸੋਸਾਇਟੀ ਦੀ ਸਟੱਡੀ ਨਹੀਂ ਕੀਤੀ ਜਾ ਸਕਦੀ ਕੁਝ ਕ ਪਾਰਟਿਕੂਲਰ ਪਾਰਟ ਨੂੰ ਚੱਕ ਕੇ ਇਵੈਂਟਸ ਨੂੰ ਚੱਕ ਕੇ ਸਟੱਡੀ ਹੁੰਦੀ ਹੈ ਤੇ ਉਹੀ ਜਿਹੜਾ ਹੈ ਪਾਰਟਿਕੂਲਰ ਇਵੈਂਟ ਦਾ ਜੋ ਵੀ ਰਿਜ਼ਲਟ ਆਇਆ ਉਹ ਥਿਉਰੀਸ ਟਾਈਪ ਸਾਰੇ ਕੀਤੇ ਬਣ ਜਾਂਦਾ ਹੈ ਸੋ ਰੀਸ਼ਨਲ ਐਸ ਵੈਲ ਐਸ ਇੰਪੀਰੀਕਲ ਸਾਇੰਸ ਇਹ ਰੀਸ਼ਨਲ ਵੀ ਹੈ ਇੰਪੀਰੀਕਲ ਵੀ ਹੈ ਸੋ ਇੰਪੀਰੀਕਲ ਦਾ ਮੀਨਸ ਕੀ ਹੈਗਾ ਅੰਡਰਸਟੈਂਡਿੰਗ ਐਨੀਥਿੰਗ ਵਿਚ ਇਜ਼ ਬੇਸਡ ਅਪਨ ਐਕਸਪੀਰੀਅੰਸ ਇੰਪੀਰੀਕਲ ਈ ਤੋਂ ਇੰਪੀਰੀਕਲ ਹੈ ਤੇ ਈ ਤੋਂ ਹੀ ਕੀ ਹੈ ਐਕਸਪੀਰੀਅੰਸ ਤਾਂ ਇੰਪੀਰੀਕਲ ਮੀਨਸ ਜਿਹੜੀ ਚੀਜ਼ ਕੀ ਹੈਗੀ ਐਕਸਪੀਰੀਅੰਸ ਦੇ ਉੱਤੇ ਆਧਾਰਿਤ ਹੈਗੀ ਜਦੋਂ ਅਸੀਂ ਕੋਈ ਕਿਸੇ ਚੀਜ਼ ਨੂੰ ਐਕਸਪੀਰੀਅੰਸ ਦੇ ਬੇਸ ਦੇ ਉੱਤੇ ਸਮਝਦੇ ਹਾਂ ਇਨ ਸੋਸ਼ੀਓਲੋਜੀ ਫੈਕਟਸ ਆਰ ਕਲੈਕਟਡ ਫ্রম ਆਬਜ਼ਰਵੇਸ਼ਨ ਐਂਡ ਐਕਸਪੈਰੀਮੈਂਟਸ ਅਸੀਂ ਸੋਸ਼ੀਓਲੋਜੀ ਚ ਕੀ ਕਰਦੇ ਆ ਆਬਜ਼ਰਵੇਸ਼ਨ ਕਰਦੇ ਆ ਨਿਰੀਖਣ ਕਰਦੇ ਆ ਕਿ ਸਾਹਮਣੇ ਵਾਲਾ ਬੰਦਾ ਕੀ ਸੋਚ ਰਿਹਾ ਕੀ ਉਸ ਦਾ ਕੀ ਉਸ ਦਾ ਪਰਸਪੈਕਟਿਵ ਹੋ ਸਕਦਾ ਕਿਸੇ ਚੀਜ਼ ਨੂੰ ਲੈ ਕੇ ਠੀਕ ਹੈ ਆਪਾਂ ਉਸ ਨੂੰ ਆਬਜ਼ਰਵ ਕਰਦੇ ਆ ਸੋਸ਼ੀਓਲੋਜੀ ਦਾ ਇੱਕ ਮੈਥਡ ਹੈਗਾ ਕਿ ਆਬਜ਼ਰਵੇਸ਼ਨ ਠੀਕ ਹੈ ਅਤੇ ਅਸੀਂ ਐਕਸਪੈਰੀਮੈਂਟ ਕਰਕੇ ਕੁਐਸਚਨਅਰ ਦੇ ਕੇ ਜਾਂ ਫਿਰ ਇੰਟਰਵਿਊ ਲੈ ਕੇ ਠੀਕ ਹੈ ਇਸ ਚੀਜ਼ ਦੇ ਲਈ ਫੈਕਟ ਆਪਾਂ ਇਕੱਠਾ ਕਰਦੇ ਆਂ ਤੇ ਜਨਰਲਾਈਜੇਸ਼ਨ ਹੁਣੇ ਉੱਪਰ ਆਪਾਂ ਕਰਕੇ ਗੱਲਨੇ ਜਨਰਲਾਈਜੇਸ਼ਨ ਕਿਸ ਤੋਂ ਹੁੰਦੀ ਹੈ ਇਜ਼ ਬੇਸਡ ਅਪਨ ਸਮ ਸਿਲੈਕਟਡ ਇਵੈਂਟਸ ਐਂਡ THEN THESE EVENTS BECOME ਥੀਰੀਜ਼ ਦੇਖੋ ਥੋੜਾ ਜਿਹਾ ਡਾਟਾ ਲਿਆ ਥੋੜੀ ਜਿਹੀ ਆਬਜ਼ਰਵੇਸ਼ਨ ਕੀਤੀ ਅਤੇ ਉਸ ਦੇ ਰਿਗਾਰਡਿੰਗ ਵੀ ਅਸੀਂ ਐਕਸਪੀਰੀਐਂਸ ਲੈ ਲਿਆ दैट इज ਇੰਪੀਰੀਕਲ ਫਾਈਨ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਕੀ ਹੈਗਾ ਬਾਅਦ ਦੇ ਵਿੱਚ ਥਿਉਰੀਜ਼ ਬਣਾ ਲੈਨੇ ਕਿ ਅਗਰ ਇੱਥੇ ਆ ਚੀਜ਼ ਹੋ ਰਹੀ ਹੈ ਤਾਂ ਇੰਨੇ ਸਾਰੇ ਕਿਤੇ ਹੋ ਰਹੀ ਹੈ ਠੀਕ ਹੈ ਇੱਕ ਥਿਉਰੀ ਬਣ ਗਈ ਨਾ ਸਾਰੇ ਕਿਤੇ ਇੰਡੀਆ ਦੇ ਵਿੱਚ ਆਚੀ ਹੋ ਰਹੀ ਹੈ ਕੁਝ ਪਾਰਟਿਕੂਲਰ ਏਰੀਆਜ਼ ਦਾ ਡਾਟਾ ਚੱਕ ਕੇ ਅਸੀਂ ਸਾਰੇ ਕਿਤੇ ਥਿਉਰੀਜ਼ ਬਣਾ ਲੀਆਂ ਪਰ ਰੀਜ਼ਨਲ ਦਾ ਕੀ ਮਤਲਬ ਹੁੰਦਾ ਹੈ ਵੈਨ ਸਮਥਿੰਗ ਇਜ਼ ਬੇਸਡ ਅਪਨ ਰੀਜ਼ਨਸ ਐਂਡ ਲੌਜੀਕਲ ਠੀਕ ਹੈ ਜਿਹੜੀ ਚੀਜ਼ ਲੌਜੀਕਸ ਉੱਤੇ ਡਿਪੈਂਡ ਹੈ ਇਹ ਹੋਇਆ ਤਾਂ ਹੋਇਆ ਕਿਉਂ ਠੀਕ ਹੈ ਰੀਜਨਸ ਜਿਹਦੇ ਪਿੱਛੇ ਕੀ ਨੇ ਤਾਂ ਉਹ ਕੀ ਹੋ ਗਿਆ ਰੈਸ਼ਨਲ ਜਦੋਂ ਅਸੀਂ ਲੌਜੀਕਲ ਤਰੀਕੇ ਨਾਲ ਸੋਚਣ ਲੱਗ ਜੰਨੇ ਆ 댓 ਇਜ਼ ਰੈਸ਼ਨਲ ਤਰਕ ਅਸੀਂ ਦੇਣ ਲੱਗ ਜੰਨੇ ਆ ਹੈਨਾ empirical ਦਾ ਮਤਲਬ ਕੀ ਸੀ ਅਸੀਂ ਜੋ ਦੇਖਿਆ ਜੋ ਐਕਸਪੀਰੀਅੰਸ ਕੀਤਾ ਉਸ ਦੇ ਅਕੋਰਡਿੰਗ ਅਸੀਂ ਆਪਣੀ ਇੱਕ ਸਮਝ ਬਣਾ ਲਈ ਕਿ ਬਈ ਅਗਰ ਇਹ ਚੀਜ਼ ਇੱਥੇ ਹੋ ਰਹੀ ਹੈ ਸਾਰੇ ਕਿਤੇ ਹੋ ਰਹੀ ਹੈ ਉਹਨੂੰ ਥਿਉਰੀ ਬਣਾ ਲੈ दैट इज empirical ਬਟ ਰੈਸ਼ਨਲ ਦਾ ਮਤਲਬ ਕੀ ਹੈ ਕਿ ਇਸ ਦੇ ਇਸ ਦੇ ਪਿੱਛੇ ਰੀਜਨਸ ਕੀ ਹੈ ਇਹਦੇ ਪਿੱਛੇ ਲੌਜੀਕਸ ਕੀ ਹੈ ਅਗਰ ਇਹ ਐਕਸਪੀਰੀਅੰਸ ਹੋ ਰਿਹਾ ਸਾਨੂੰ ਅਗਰ ਇਹ ਅੰਡਰਸਟੈਂਡਿੰਗ ਸਾਨੂੰ ਹੋ ਰਹੀ ਹੈ ਇਹ ਥਿਉਰੀ ਅਸੀਂ ਬਣਾਈ ਹੈ ਤਾਂ ਕਿਉਂ ਬਣਾਈ ਹੈ ਠੀਕ ਹੈ दैट इज empirical ਸੋ ਇਨ ਸੋਸ਼ੀਓਲੋਜੀ ਨੌਲੇਜ ਇਸ ਐਸਟੈਬਲਿਸ਼ਡ ਐਂਡ ਪ੍ਰੈਡਿਕਸ਼ਨ ਇਜ਼ ਡਨ ਅਸੀਂ ਨੌਲੇਜ ਲੇਤੀ ਅਤੇ ਕੀ ਕੀਤਾ ਭਵਿਕ ਬਾਣੀ ਕਰਤੀ ਕਿ ਹਾਂਜੀ ਇਹ ਸਾਰੇ ਕੀਤੇ ਹੀ ਚੀਜ਼ ਹੋ ਰਹੀ ਹੈ ਠੀਕ ਹੈ ਜੀ ਸੋ ਇਨ ਕਨਕਲੂਜਨ ਸਿੱਟੇ ਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਕਿ ਵੀ ਕੈਨ ਸੇ ਸੋਸ਼ੀਓਲੋਜੀ ਇਜ਼ ਐਨ ਇੰਡੀਪੈਂਡੈਂਟ ਸੋਸ਼ਲ ਸਾਇੰਸ ਸੋਸ਼ੀਓਲੋਜੀ ਕੀ ਹੈ ਸਮਾਜ ਸ਼ਾਸਤਰ ਕੀ ਹੈਗਾ ਇੱਕ ਆਜ਼ਾਦ ਸੁਤੰਤਰ ਸਮਾਜ ਵਿਗਿਆਨ ਹੈ ਵਿਚ ਇਜ਼ ਜਨਰਲ ਇਨ ਨੇਚਰ ਜਿਹੜਾ ਕੀ ਹੈ ਆਮ ਜਿਹਾ ਵਿਗਿਆਨ ਹੈ ਜਨਰਲ ਇਨ ਨੇਚਰ ਠੀਕ ਹੈ ਸੋ ਇਟ ਇਜ਼ ਇੰਪੀਰੀਕਲ ਇਹ ਇੰਪੀਰੀਕਲ ਵੀ ਹੈ ਐਸ ਵੈਲ ਐਸ ਰੈਸ਼ਨਲ ਇਹ ਇੰਪੀਰੀਕਲ ਬੇਸਡ ਵੀ ਹੈ ਕਿਉਂਕਿ ਅਸੀਂ ਕੀ ਹੈਗਾ ਐਕਸਪੀਰੀਅੰਸ ਕਰਦੇ ਆ ਠੀਕ ਹੈ ਅੰਡਰਸਟੈਂਡ ਕਰਦੇ ਆ ਲੇਕਿਨ ਇਹ ਰੈਸ਼ਨਲ ਵੀ ਹੈ ਕਿਉਂਕਿ ਅਸੀਂ ਸੋਚਦੇ ਵੀ ਆਂ ਵੀ ਇਹ ਚੀਜ਼ ਕਿਉਂ ਹੋ ਰਹੀ ਹੈ ਇਸ ਨੂੰ ਘਟਾਣ ਲਈ یا پھر اسی اس چیز ਨੂੰ ਵਧਾਉਣ ਲਈ ਕੀ ਕਰ ਸਕਦੇ ਹਾਂ ਠੀਕ ਹੈ ਸੋ दैट डील्स ਵਿਦ سوشل ਪੈਟਰਨਸ ਸੋ ਸੁਸਾਇਟੀ ਦੇ سوشل ਪੈਟਰਨਸ ਦੇ ਉੱਤੇ ਸਮਾਜਿਕ ਪ੍ਰਤੀਮਾਨਾਂ ਦੇ ਉੱਤੇ ਇਹ ਅਧਾਰਿਤ ਹੈ سوشل ریلیشن شپس ਦੇ ਉੱਤੇ ਇਹ ਅਧਾਰਿਤ ਹੈ اسا سوشیالوجی ਇੱਕ ਵਿਗਿਆਨ ਹੈ ਜਿਹੜਾ ਕਿ ਇੰਟਰਐਕਸ਼ਨ سوشل ਇੰਟਰਐਕਸ਼ਨ ਦੇ ਉੱਤੇ ਅਧਾਰਿਤ ਹੈ ਸੋ ਹੋਪ ਕਰਦੀ ਹਾਂ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਪਲੀਜ਼ ਡੂ ਲਾਈਕ ਸ਼ੇਅਰ ਐਂਡ ਕਮੈਂਟ ਮਾਈ ਚੈਨਲ ਮਿਲਦੇ ਹਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ